ਗੜਸ਼ੰਕਰ ਦੇ ਕਸਬਾ ਮਾਹਿਲਪੁਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਬਾਹਰਵਾਰ ਇੱਕ ਪੈਟਰੋਲ ਪੰਪ ਅਤੇ ਮਹਿਲ ਵੱਲ ਚੰਡੀਗੜ੍ਹ ਰੋਡ ਤੇ ਪੁਲ ਦੇ ਚਾਰੋਂ ਪਾਸੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਨਜ਼ਰ ਆਏ। ਥਾੜਾ ਮਹਿਲਪੁਰ ਪੁਲਿਸ ਨੇ ਇਸ ਦੀ ਸੂਚਨਾ ਮਿਲਣ ਤੇ ਤੁਰੰਤ ਮੌਕੇ ਤੇ ਪਹੁੰਚ ਕੇ ਦੀਵਾਰਾਂ ਤੇ ਲਿਖੇ ਹੋਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੂੰ ਮਿਟਾਇਆ ਗਿਆ। ਇਸ ਸੰਬੰਧੀ DSP ਗੜਸ਼ੰਕਰ ਦਲਜੀਤ ਸਿੰਘ ਖੱਕ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਦੇਖੋ ਮਿਟੇ ਹੋਏ ਨੇ, ਅਸੀਂ ਇੱਕਦਮ ਬਿਨਾਂ ਤਫਤੀਸ਼ ਕੀਤੇ ਇਹ ਨਹੀਂ ਕਹਿ ਸਕਦੇ ਵੀ ਖਾਲਿਸਤਾਨ ਸ਼ਬਦ ਲਿਖਿਆ ਹੋਇਆ, ਲੇਕਿਨ ਮਿਟਿਆ ਹੋਇਆ ਜ਼ਰੂਰ ਨਜ਼ਰ ਆ ਰਿਹਾ। ਅਸੀਂ ਇਹਦੀ ਪੂਰੀ ਤਫਤੀਸ਼ ਕਰ ਰਹੇ ਹਾਂ ਔਰ ਇਲਾਕੇ ਦੀ ਜਿਹੜੀ ਹੈ ਅਮਨ ਅਮਾਨ ਬਿਲਕੁਲ ਠੀਕ ਠਾਕ ਹੈ। ਅਸੀਂ ਤਨਦੇਹੀ ਨਾਲ ਲੱਗੇ ਹੋਏ ਹਾਂ ਔਰ ਸਾਡੇ ਨੋਟਿਸ ਜਦੋਂ ਵੀ ਕੋਈ ਇੱਦਾਂ ਦਾ ਗਲਤ ਅਨਸਰ ਆਉਂਦਾ ਉੱਥੇ ਪੂਰੀ ਸਖ਼ਤ ਕਾਰਵਾਈ ਕਰਾਂਗੇ। ਸਰ ਮੈਂ ਪਹਿਲਾਂ ਵੀ ਜੀ ਇਲਾਕਾ ਵਾਸੀਆਂ ਨੂੰ ਇਹ ਵਿਸ਼ਵਾਸ ਦਵਾ ਚੁੱਕਾ, ਤੁਹਾਡੇ ਜ਼ਰੀਏ ਫਿਰ ਦਵਾਉਣਾ ਚਾਹੁੰਦਾ ਕਿ ਜਿਹੜੀ ਗੜਸ਼ੰਕਰ ਸਬ ਡਿਵੀਜ਼ਨ ਦੀ ਪੁਲਿਸ ਹੈਗੀ ਹੈ ਇਹ ਬਿਲਕੁਲ ਤਨਦੇਹੀ ਨਾਲ, ਮਿਹਨਤ ਨਾਲ, ਸ਼ਿੱਦਤ ਨਾਲ ਆਪਣੀ ਡਿਊਟੀ ਕਰ ਰਹੀ ਹੈ ਔਰ ਬਿਲਕੁਲ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕਰਨ ਲਈ ਅਸੀਂ ਰਾਤ ਦਿਨ ਕੀਤਾ ਹੋਇਆ ਔਰ ਕਰਾਂਗੇ। ਇੱਥੇ ਕਿਸੇ ਤਰ੍ਹਾਂ ਦਾ ਵੀ ਕੁਛ ਅਮਨ ਅਮਾਨ ਭੰਗ ਨਹੀਂ ਹੋਣ ਦਿਆਂਗੇ।